ਸਤਿ ਸ਼੍ਰੀ ਅਕਾਲ ਜੀ, ਸਲਾਮ, ਅਦਾਬ, ਨਮਸਕਾਰ, ਲਵ ਐਂਡ ਰਿਸਪੈਕਟ। ਤੇ ਅੱਜ ਨਵਾਂ ਵਲੌਗ ਸਟਾਰਟ ਕਰ ਰਹੇ ਹਾਂ ਤੇ ਚੱਲੇ ਹਾਂ, ਸਰਪ੍ਰਾਈਜ਼ ਹੈ ਤੇ ਉਮੀਦ ਹੈ ਤੁਹਾਨੂੰ ਸਭ ਨੂੰ ਪਸੰਦ ਆਊ ਅੱਜ ਦਾ ਵਲੌਗ। ਯਾਰ ਇੱਕ ਬਹੁਤ ਸੋਹਣਾ ਪਤਾ ਨਹੀਂ ਇਹਨੂੰ ਬਾਅਦ ਵਾਲਾ ਦੇਖਿਓ ਕਿੱਥੇ ਜਾਊ। ਲਓ ਜੀ ਪਹੁੰਚ ਗਏ ਹਾਂ ਤਾਜ ਮਹਿਲ ਪਿੱਛੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੇ ਪਹੁੰਚ ਗਏ ਹਾਂ। ਤੁਹਾਨੂੰ ਅੱਜ ਦਿਖਾਉਣਾ ਸੀਗਾ ਪ੍ਰੇਮ ਮੰਦਿਰ ਸਪੈਸ਼ਲ। ਅਸੀਂ ਇਹਦੇ ਕਰਕੇ ਇਹ ਮੰਦਿਰ ਕਰਕੇ ਅਸੀਂ ਅੱਜ ਉਰੇ ਆਏ ਹਾਂ ਤੇ ਅੱਜ ਦਾ ਵਲੌਗ ਤੁਹਾਨੂੰ ਮੰਦਿਰ ਦਿਖਾਵਾਂਗੇ। ਅੱਜ ਬਹੁਤ ਸੋਹਣਾ ਮੰਦਿਰ ਹੈਗਾ, ਸਿਰਾ ਮੰਦਿਰ ਹੈ, ਸਿਰਾ ਗੱਲਬਾਤ। ਤੇ ਇਹ ਹੈਗਾ ਵਰਿੰਦਾਵਨ, ਹੈ ਨਾ ਵਰਿੰਦਾਵਨ, ਬਹੁਤ ਸੋਹਣਾ ਮੰਦਿਰ। ਇੱਕ ਵਾਰੀ ਦਿਖ ਰਿਹਾ ਸਾਈਡ ਤੋਂ ਦਿਖ ਰਿਹਾ ਤੇ ਆ ਦੇਵੀਆਂ ਮਾਤਾ ਸੁੱਪ ਦੇ ਵਿੱਚੋਂ ਨਿਕਲ ਰਹੀਆਂ ਨੇ ਤੇ ਸਾਨੂੰ ਐਕਚੁਅਲ ਦੇ ਵਿੱਚ ਨੌਲੇਜ ਨਹੀਂ ਹੈ, ਬਟ ਇਹ ਮੰਦਿਰ ਸਾਡੀ ਦੇਖਣ ਦੀ ਬਹੁਤ ਦਿਲ ਦੀ ਤਮੰਨਾ ਸੀ ਤੇ ਅਸੀਂ ਤੁਹਾਨੂੰ ਵੀ ਅੱਜ ਦਿਖਾ ਰਹੇ ਹਾਂ। ਬੜਾ ਯਾਰ ਸੋਹਣਾ ਮੰਦਿਰ ਹੈ ਤੇ ਤੁਸੀਂ ਇੱਕ ਵਾਰੀ ਆਹ ਦੇਖੋ, ਕਲਰਿੰਗ ਦੇਖੋ, ਲਾਈਟਿੰਗ ਦੇਖੋ, ਕਿੰਨੀ ਮਤਲਬ ਘੈਂਟ ਕਰੀ ਹੋਈ ਆ ਕਲਰਿੰਗ। ਇੱਕ ਵਾਰੀ ਤੁਹਾਨੂੰ ਦਿਖਾਉਂਦੇ ਹਾਂ ਕਿਆ ਬਾਤ ਹੈ, ਸਿਰਾ ਸਿਰਾ ਹੀ ਗੱਲਬਾਤ ਯਾਰ, ਸਿਰਾ ਗੱਲਬਾਤ। ਤੇ ਜ਼ਰੂਰ ਆਇਓ ਇੱਥੇ। ਆਊਟਡੋਰ ਦੇ ਵਿੱਚ ਸਾਰੇ ਯੂਜ਼ ਕਰ ਰਹੇ ਸੀਗੇ ਅਤੇ ਇਨਡੋਰ ਦੇ ਵਿੱਚ ਅਸੀਂ ਕੈਮਰਾ ਨਹੀਂ ਯੂਜ਼ ਕਰਾਂਗੇ ਅਤੇ ਬਸ ਮੱਥਾ ਟੇਕ ਕੇ ਵਾਪਸ ਆ ਜਾਵਾਂਗੇ ਆਰਤੀ ਹੋਣ ਤੋਂ ਪਹਿਲਾਂ। ਲਓ ਜੀ, ਇਸ ਤੋਂ ਅੱਗੇ ਅਸੀਂ ਨਹੀਂ ਬਣਾਵਾਂਗੇ ਫੋਟੋਜ਼ ਅਤੇ ਅੰਦਰ ਮੱਥਾ ਟੇਕ ਕੇ ਆਉਂਦੇ। ਫਿਰ ਅੰਦਰੋਂ ਮੱਥਾ ਟੇਕ ਕੇ ਆਏ ਅਤੇ ਬਹੁਤ ਸੋਹਣਾ, ਮਤਲਬ ਸਵਰਗਾਂ ਵਾਲਾ ਕੰਮ ਹੈ ਅੰਦਰ ਅਤੇ ਬੜਾ ਮਤਲਬ ਆਨੰਦ ਆਇਆ, ਸਕੂਨ ਹੈ ਅੰਦਰ। ਚਲੋ ਭਈਆ ਚਲੋ ਰਾਧੇ। ਕਿਵੇਂ ਲੱਗ ਰਿਹਾ ਵੀਰੇ ਮੰਦਿਰ ਜਾ ਕੇ? ਸਿਰਾ ਗੱਲਬਾਤ ਹੈ ਨਾ ਜਸਪਾਲ ਵੀਰੇ, ਤੁਹਾਡਾ ਇੱਥੇ ਆਉਣਾ ਬਣਦਾ ਸੀ, ਤੁਸੀਂ ਮਿਸ ਕਰਿਆ ਨਾ, ਬਹੁਤ ਵੱਡੀ ਗਲਤੀ ਕਰੀ ਤੁਸੀਂ ਇੱਥੇ ਕੈਂਸਲ ਕਰਕੇ ਇਹਨੂੰ। ਨਹੀਂ ਠੀਕ ਹੈ ਯਾਰ, ਪ੍ਰੋਬਲਮ ਵਿਚਾਰੇ ਨੂੰ, ਚੱਲ ਉਹਨੂੰ ਪ੍ਰੋਬਲਮ ਸੀ। ਦੇਖੋ ਕਿਵੇਂ ਰੰਗ ਬਦਲਦਾ ਬਾਬੇ, ਮੰਦਿਰ ਸਾਰਾ ਲਾਈਟਿੰਗ ਐਨ ਪੂਰੀ ਘੈਂਟ ਘੈਂਟ ਕਰੀ ਹੋਈ ਹੈਗੀ। ਕਿਆ ਬਾਤ ਹੈ ਯਾਰ, ਕਿਆ ਬਾਤ ਹੈ, ਕਿਆ ਬਾਤ ਹੈ, ਮਤਲਬ ਪੇਂਟਿੰਗਸ ਬਣੀਆਂ ਹੋਈਆਂ ਹੈਗੀਆਂ। ਇੱਕ ਤੁਸੀਂ ਉਹ ਦ੍ਰਿਸ਼ ਦੇਖਿਆ ਹੋਣਾ ਨਾ ਜਿੱਥੇ ਕ੍ਰਿਸ਼ਨ ਮਹਾਰਾਜ ਨੇ ਚੀਚੀ ਤੇ ਪਹਾੜ ਚੱਕਿਆ ਸੀਗਾ, ਉਹ ਵੀ ਐਨ ਪੂਰਾ ਐਕੂਰੇਟ ਇੱਥੇ ਬਣਿਆ ਹੋਇਆ। ਦਿਖਾਓ ਵੀਰੇ ਮੈਂ ਇੱਕ ਰਿਕੁਐਸਟ ਕਰੂੰਗਾ ਸਭ ਨੂੰ ਕਿ ਜੇ ਕੋਈ ਹੈ ਨਾ ਆਉਂਦਾ ਇੱਥੇ, ਫਿਰ ਕੈਮਰਾ ਨਾ ਯੂਜ਼ ਕਰੋ, ਸਿਰਫ ਇੱਕ ਦਿਖਾਉਣ ਨੂੰ ਹੈ ਨਾ ਇੱਕ ਦ੍ਰਿਸ਼। ਕਈ ਨਹੀਂ ਆ ਪਾਉਂਦੇ ਹੈ ਨਾ, ਘਰੋਂ ਨਹੀਂ ਨਿਕਲ ਪਾਉਂਦੇ ਤਾਂ ਉਹਨਾਂ ਨੂੰ ਦਿਖਾਉਣ ਲਈ, ਬਟ ਜੋ ਇੱਥੇ ਆਉਂਦੇ ਆ ਨਾ ਕੈਮਰਾ ਜੇ 'ਚ ਪਾ ਕੇ ਬਸ ਅੱਖਾਂ ਨਾਲ ਨਿਹਾਰੋ ਆ ਚੀਜ਼ਾਂ। ਇੰਨਾ ਆਨੰਦ ਜਗ੍ਹਾ ਜਗ੍ਹਾ 'ਤੇ ਸਪੀਕਰ ਲੱਗੇ ਹੋਏ ਨੇ ਅਤੇ ਫਰਸ਼ ਬਹੁਤ ਠੰਡਾ ਹੈਗਾ, ਥੋੜ੍ਹਾ ਜਿਹਾ ਘੱਟ ਸਰਦੀਆਂ 'ਚ ਆਇਓ ਨੰਗੇ ਪੈਰ ਹੈਗੇ। ਜਗ੍ਹਾ ਜਗ੍ਹਾ 'ਤੇ ਸਟੈਚੂ ਬਣਾਏ ਹੋਏ ਨੇਗੇ, ਇੰਨੀ ਡਿਟੇਲਿੰਗ ਨਾਲ ਸਟੈਚੂ ਬਣਾਏ ਹੋਏ ਨੇਗੇ ਅਤੇ ਲਾਈਟਿੰਗ ਪ੍ਰੋਪਰ ਹੈਗੀ ਸਟੈਚੂਆਂ 'ਤੇ, ਇੰਨਾ ਸੋਹਣਾ ਵਰਕ ਕਰਿਆ ਹੋਇਆ ਨਾ। ਅਤੇ ਆਰਤੀ ਸਟਾਰਟ ਹੋਣ ਵਾਲੀ ਹੋਊਗੀ,
मंदिर के बंद होने की टाइमिंग है पूरी करैक्ट 8:30 शाम दे ते मंदिर दियां लाइटिंग वगैरह सारा कुछ बंद हो गया ते 8:30 तो पहला तुसी इत्थे आके देख सकदे हो। ये मंदिर हैगा प्रेम मंदिर जगत गुरु कृपालू परिषद शामा शाम धाम। हिंदी बहुत औखी सी पढ़नी थोड़ी जी मुश्किल होंगी है। लव एंड रिस्पेक्ट मेरे नाल सीगे अज रमन वर्बल जी। किवें लग्या मंदिर वीरे? ना भैन ना नहीं लवाना ओए नहीं लवाना नहीं